ਐਸਕੇ ਬਾਈਕ ਹੈ ਫੇਸ 7 ਫੇਸ 7 ਕਿਵੇਂ ਲੱਗੀ ਸਰ ਅੱਗ ਸਾਡੇ ਆਂਦਿਆਂ ਨੂੰ ਲੱਗੀ ਹੋਈ ਜੀ ਸਾਨੂੰ ਤਲਾਹ ਮਿਲੀ ਹੈ ਤਕਰੀਬਨ ਲਗਭਗ 1:40 ਤੇ ਜੀ ਤੇ ਨਾਲ ਦੀ ਨਾਲ ਗੱਡੀਆਂ ਸਾਡੀਆਂ ਉੱਥੋਂ ਦੋ ਟਰਨ ਆਊਟ ਹੋ ਗਈਆਂ ਉਸ ਤੋਂ ਬਾਅਦ ਲਗਭਗ 7 ਗੱਡੀਆਂ ਸਾਡੀਆਂ ਇੱਥੇ ਕੰਮ ਕਰ ਰਹੀਆਂ ਜੋ ਕਿ ਲਗਾਤਾਰ ਪਾਣੀ ਭਰ ਭਰ ਕੇ ਅੱਗ ਦੇ ਉੱਤੇ ਪਾ ਰਹੀਆਂ ਐਸਕੇ ਬਾਈਕ ਵਾਲਿਆਂ ਦੀ ਗੱਡੀਆਂ 7 ਲਗਾਤਾਰ ਚੱਲ ਰਹੀਆਂ ਨੇ ਅਤੇ ਉਹ ਪਾਣੀ ਭਰ ਭਰ ਦੁਬਾਰਾ ਲਾਈ ਜਾਂਦੀਆਂ ਹਨ ਤਕਰੀਬਨ ਲਗਭਗ 50 ਗੱਡੀਆਂ ਦੇ ਕਰੀਬ ਗੱਡੀਆਂ ਪੈ ਚੁੱਕੀਆਂ ਪਾਣੀ ਲੋਕਲ ਲੁਧਿਆਣਾ ਲੁਧਿਆਣਾ ਜੀ ਨਹੀਂ ਨਹੀਂ ਇਕੱਲੀਆਂ ਲੁਧਿਆਣੇ ਦੀਆਂ ਗੱਡੀਆਂ ਲਗਭਗ ਹੁਣ 2 ਘੰਟੇ ਤਕਰੀਬਨ ਹੋਰ ਲੱਗ ਜਾਣਗੇ ਜੀ ਹਾਂਜੀ ਅੱਗ ਕੰਟਰੋਲ 'ਚ ਅੰਡਰ ਕੰਟਰੋਲ ਆ ਅੱਗੇ ਨਹੀਂ ਵਧੀ ਗਈ ਹਾਂਜੀ ਅੱਗ ਠੀਕ ਹੈ ਹੁਣ ਕੰਟਰੋਲ 'ਚ ਹੈ ਅਤੇ 2 ਘੰਟੇ ਪ੍ਰੋਪਰ ਸਾਰਾ ਬੁਝਾਉਣ ਨੂੰ ਲੱਗਣਗੇ ਫੇਸ 7 ਦੇ ਵਿੱਚ ਐਸ ਕੇ ਬਾਈਕਸ ਫੈਕਟਰੀ ਹੈ ਅੱਜ ਫੈਕਟਰੀ ਬੰਦ ਸੀ ਕੁਛ ਟ੍ਰੈਜਡੀ ਹੋਈ ਸੀ ਇਹਨਾਂ ਦੇ ਆਲਰੇਡੀ ਪਹਿਲਾਂ ਛੁੱਟੀ ਕਰਕੇ ਕੰਮ ਨਹੀਂ ਚੱਲ ਰਿਹਾ ਸੀ ਅਤੇ ਜਿਹਦੇ ਕਰਕੇ ਬਚਾਅ ਹੋ ਗਿਆ ਕੋਈ ਕੈਜੂਅਲਿਟੀ ਹੈ ਨਹੀਂ ਅਤੇ ਬਟ ਅੰਦਰ ਕੋਈ ਇਹਨਾਂ ਦਾ ਸਾਈਕਲ ਪਾਰਟਸ ਵਗੈਰਾ ਪਾਉਂਦੇ ਆ ਉਹ ਅੱਗ ਲੱਗੀ ਸੀ ਕੰਟਰੋਲ ਹੈ ਕਾਫੀ ਕੰਟਰੋਲ ਹੈ ਨਹੀਂ ਕੋਈ ਕੈਜੂਅਲਿਟੀ ਨਹੀਂ ਪਹਿਲਾਂ ਦੱਸਿਆ ਹਾਂ ਕੋਈ ਜਾਨੀ ਨੁਕਸਾਨ ਨਹੀਂ ਵੱਟ 10 ਫਾਇਰ ਬ੍ਰਿਗੇਡਸ ਆ ਗਏ ਐਸ ਕੇ ਬਾਈਕਸ ਫੇਸ 7 ਮੁਲਾਜ਼ਮ ਤਾਂ ਤੁਸੀਂ 4-5 ਹਜ਼ਾਰ ਦੇ ਰਾਊਂਡ ਹੈਗੇ ਆ ਵੱਡੀ ਫੈਕਟਰੀ ਹੈ ਬਟ ਇਹਦੇ ਕਾਰਨਰ ਅਤੇ ਪਾਰਟ ਦੇ ਵਿੱਚ ਲੱਗੀ ਸੀ ਅੱਗ ਹੁਣ ਤੋਂ ਆਲਮੋਸਟ ਹੈਗੀ 11 ਵਜੇ 2:30 ਵਜੇ 2:30 ਵਜੇ ਦੇਖਦੇ